ਦੋਸਤੋ ਜੈ ਸੜਕ ਤੇ ਮੈਂ ਖੜਾ ਐ ਇਹ ਸੜਕ ਲੋਕਾਂ ਦੇ ਖੂਨ ਦੀ ਪਿਆਸੀ ਐ ਇਹ ਸੜਕ ਹਰ ਰੋਜ਼ ਅਨੇਕਾਂ ਕਤਲ ਕਰਦੀ ਐ ਤੇ ਹਰ ਰੋਜ਼ ਲੱਖਾਂ ਲੋਕਾਂ ਦੇ ਸੱਟਾਂ ਫੇਟਾਂ ਮਾਰਦੀ ਐ ਤੁਸੀਂ ਐਂ ਸੋਚਦੇ ਹੋਵੋਗੇ ਸੜਕ ਕਤਲ ਕਿਵੇਂ ਕਰਦੀ ਐ ਤਾਂ ਸੜਕ ਕਤਲ ਇਸ ਲਈ ਕਰਦੀ ਐ ਕਿਉਂਕਿ ਸੜਕ ਦੇ ਉੱਤੇ ਬੇਸ਼ੱਕ ਇਹਦਾ ਨਾਮ ਜ਼ਰੂਰ ਸੜਕ ਐ ਪਰ ਸੜਕ ਦਿਖਾਈ ਨਹੀਂ ਦਿੰਦੀ ਜਗਾ ਜਗਾ ਵੱਡੇ ਵੱਡੇ ਖੱਡੇ ਆ ਆ ਤੁਸੀਂ ਦੇਖੋ ਆ ਗੱਡੀ ਨੂੰ ਆਉਣਾ ਤਾਂ ਖੱਬੇ ਹੱਥ ਚਾਹੀਦਾ ਸੀ ਪਰ ਜਾ ਐ ਸੱਜੇ ਹੱਥ ਜਾਈ ਐ ਇਹ ਇਸੇ ਕਰਕੇ ਜਾ ਰਹੀ ਐ ਕਿਉਂਕਿ ਇੱਧਰ ਸੜਕ ਹੀ ਨਹੀਂ ਐ ਲੋਕ ਗੱਡੀਆਂ ਲੈਂਦੇ ਆ ਪਸਾਂ ਲੈਂਦੇ ਆ ਬੱਸਾਂ ਇੱਥੋਂ ਦੀ ਲੰਘਦੀਆਂ ਪਰ ਕੋਈ ਵੀ ਗੱਡੀ ਜਾਂ ਬੱਸ ਇੱਥੋਂ ਸਾਫ਼ਤੀ ਨਹੀਂ ਜਾਂਦੀ। ਇਹ ਸੜਕ ਗੱਡੀਆਂ ਵੀ ਭੰਨਦੀ ਐ, ਇਹ ਸੜਕ ਬੱਸਾਂ ਵੀ ਭੰਨਦੀ ਐ ਤੇ ਲੋਕਾਂ ਦੇ ਹੱਡ ਗੋਡੇ ਵੀ ਭੰਨਦੀ ਐ। ਇਹ ਸੜਕ 'ਚੋਂ ਹਰ ਰੋਜ਼ ਸੈਂਕੜੇ ਐਕਸੀਡੈਂਟ ਹੁੰਦੇ ਐ। ਇਹ ਸੜਕ ਤੇ ਹਰ ਰੋਜ਼ ਸੈਂਕੜੇ ਗੱਡੀਆਂ ਭੰਨੀਆਂ ਜਾਂਦੀਆਂ। ਇਹ ਸੜਕ 'ਤੇ ਲੰਘਣ ਵਾਲੀ ਗੱਡੀ ਨੂੰ ਇੱਕ ਵਾਰ ਆਪਣੀ ਅਲਾਈਨਮੈਂਟ ਕਰਵਾ ਕੇ ਹੀ ਜਾਣਾ ਪੈਂਦਾ। ਇਹ ਸੜਕ ਜਿਹੜੀ ਐ ਇਹ ਕੋਈ ਆਮ ਸੜਕ ਨਹੀਂ। ਇਹ ਸੜਕ ਇੱਕ ਇਤਿਹਾਸਿਕ ਸਾਡੇ ਸਭ ਤੋਂ ਵੱਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਅਮਰitsar ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਬਠਿੰਡਾ ਤੋਂ ਹਰਮੰਦਰ ਸਾਹਿਬ ਤੱਕ ਜਾਣ ਵਾਲੀ ਅਮਰitsar ਤੱਕ ਜਾਣ ਵਾਲੀ ਇਹ ਸੜਕ ਹੈ ਇਹ ਸੜਕ ਤੇ ਤੁਸੀਂ ਹਾਲ ਦੇ ਆ ਇੱਕ ਮਿੰਟ ਰੋਕੀ ਇਹ ਸੜਕ ਤੇ ਸਫਰ ਕਰਕੇ ਕਿੰਨਾ ਕਿ ਨਿਆਰਾ ਆਉਂਦਾ ਬੜਾ ਬੁਰਾ ਹਾਲ ਆ ਬਾਈ ਬੜਾ ਮੈਂ ਜਤੋ ਤੋਂ ਆਇਆ ਬੁਰਾ ਹਾਲ ਆ ਸੜਕ ਦਾ ਇੰਨਾ ਸਤਿਆਨਾਸ਼ ਆ ਜਤੋ ਚੱਲਦਾ ਮੈਂ ਚੱਕੇ ਵਾਰੀ ਦੋ ਵਾਰੀ ਇਹਦੇ ਮੈਂ ਪਵਾ ਲਿਆ ਸੜਕਛੇ ਦੇ ਬੁਰਾ ਹਾਲ ਆ ਸੜਕ ਦਾ ਕੋਈ ਹਾਲ ਨਹੀਂ ਕੋਸ਼ਿਸ਼ ਨਹੀਂ ਨਾ ਨੀ ਪੂਰੇ ਪੂਰੇ ਖੱਡੇ ਹੀ ਖੱਡੇ ਆ ਇਸ ਰੋਡ ਤੇ ਜਿਹੜੇ ਮਰ ਜਦ ਮੈਂ ਆਖਲੀ ਤੱਕਰ ਜਾਣਾ ਆਖਲੀ ਤੱਕਰ ਬੁਰਾ ਹਾਲ ਹੀ ਆਦਾ ਸੜਕ ਦਾ ਤੇ ਇਹ ਕਦੋਂ ਕਦੋਂ ਇਹ ਹਾਲ ਆਏ ਇਹ ਤਾਂ ਬਈ ਸਾਲ ਹੀ ਹੋ ਗਿਆ ਪੂਰਾ ਪੂਰਾ ਸਾਲ ਹੋ ਗਿਆ ਕੋਈ ਸੁਨਾਈ ਨਹੀਂ ਆਦੀ ਸੜਕ ਦੀ ਐਂ ਬੁਰਾ ਹਾਲ ਹੋਇਆ ਪਿਆ ਦਾ ਡਰ ਲੱਗਦਾ ਇਹ ਚੱਲਣ ਲੱਗਿਆਂ ਨੂੰ ਬਈ ਬੁਰਾ ਹਾਲ ਆ ਬੁਰਾ ਡਰ ਲੱਗਦਾ ਹੈਗਾ ਇੱਥੇ ਐਕਸੀਡੈਂਟ ਕਿੰਨੇ ਕੁ ਹੁੰਦੇ ਆ ਇਥੇ ਭਰਾਵਾ ਹੁੰਦੇ ਰਹਿੰਦੇ ਆ ਉਹਦੇ ਵਿੱਚ ਬਚ ਗਿਆ ਸੀਗਾ ਉਹਦੇ ਵਿੱਚ ਡੱਕੇ ਨਾ ਸੀਗਾ ਇੱਕ ਦਿਨ ਮੈਂ ਕੱਚੇ ਲਾ ਲਿਆ ਟਰੱਕ ਨਾਲ ਉੱਥੇ ਚੜਾ ਦੇਣਾ ਸੀਗਾ ਬੁਰਾ ਹਾਲ ਹੀ ਆ ਜੀ ਬੁਰਾ ਹਾਲ ਆ ਹਾਂ ਜੀ ਤੇ ਤੈਨੂੰ ਕਿਹਨਾਂ ਚਿਰ ਹੋ ਗਿਆ ਇਹ ਚੀਜ਼ ਇਹਦੇ ਨੂੰ ਵੀ ਇੱਥੋਂ ਦੀ ਲੰਘਦੇ ਨੂੰ ਵੀ ਮੈਂ ਤਾਂ ਯਾਰ ਹਰ ਰੋਜ਼ ਹੀ ਮੇਰੇ ਜਿਹੜਾ ਤੇਰਾ ਰਕਸ਼ 2 ਸਾਲ ਹੋ ਗਿਆ ਜੀ ਪੂਰੇ ਹਾਂ ਮੈਂ ਇਧਰ ਏਰੀਆ 'ਚ ਇਧਰ ਏਰੀਆ 'ਚ ਲੰਘਣਾ ਫੇਰੀ ਠੀਕ ਹੈ ਤੇ ਇਧਰ ਹੀ ਮੈਂ ਜਾਣਾ ਰਹਿਣਾ ਹਾਂ ਤੇ ਬੁਰਾ ਹਾਲ ਹੀ ਆ ਬਹੁਤ ਜਿਹਨੇ ਯਾਤਰੀ ਪ੍ਰੇਸ਼ਾਨ ਆ ਇਹ ਤੋਂ ਛੜਕ ਤੋਂ ਹਾਂ ਜੀ ਠੀਕ ਹੈ ਤਾਂ ਇਹ ਦੇਖੋ ਇਹ ਜੇ ਰੱਖਿਆ ਚਾਲਕ ਸੀ ਇਹਦਾ ਕਹਿਣਾ ਕਿ ਵਿਚਾਰਾ ਕਬਾੜ ਦਾ ਕੰਮ ਕਰਦਾ ਪਿੰਡਾਂ ਚ ਜਾਂਦਾ ਤਾਂ ਇਹਦਾ ਕਹਿਣਾ ਕਿ ਬੁਰਾ ਹਾਲ ਹੈ ਇੱਕ ਬਾਈ ਆਉਂਦਾ ਮੋਟਰਸਾਈਕਲ ਤੇ ਇਹਨੂੰ ਵੀ ਰੋਕਦੇ ਆ ਇਹਨੂੰ ਵੀ ਪੁੱਛਦੇ ਆ ਵੀ ਇਹ ਸੜਕ ਤੋਂ ਇਹ ਕਿੰਨਾ ਆਹ ਸੜਕ ਦਾ ਜਿਹੜਾ ਹਾਲ ਹੈ ਇਹ ਕਦੋਂ ਤੋਂ ਇਹ ਆਏ ਆ ਇਹ ਤਾਂ ਜੀ ਪੰਜ ਤਾਹ ਵੀ ਹੋ ਗਏ ਬਹੁਤ ਬੁਰਾ ਹਾਲ ਹੈ ਨਾ ਤੁਹਾਡਾ ਇੱਥੇ ਨਗਦੇ ਨਤ ਨਗਦੇ ਆ ਹਰਿਆਣਾ ਦਿੱਲੀ ਦਿੱਲੀ ਦਾ ਕੰਮ ਆ ਰਿਹਾ ਕੋਠੇ ਨਾਲ ਹੀ ਬਹੁਤ ਬੁਰਾ ਹਾਲ ਹੈ ਇਹਦਾ ਤੇ ਗਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਕਨੋਂ ਕਦ ਹੈ 2-5-4 ਸਾਲ ਹੋ ਗਏ 5 ਸਾਲ ਪੂਰੇ ਹੋ ਗਏ ਜੀ ਟੁੱਟੇ ਹੋ ਗਏ ਪੂਰੇ ਟੁੱਟੇ ਹੋ ਗਏ ਤੇ ਇੱਥੇ ਹਾ ਹਾਸੇ ਕਿੰਨੇ ਹੁੰਦੇ ਆ ਵਸੇਰੇ ਹੁੰਦੇ ਆ ਜੀ ਇਸ ਤਰ੍ਹਾਂ ਬਹੁਤ ਹੁੰਦੇ ਆ ਜੀ ਫੋਨੀ ਸੜਕ ਕਹਿ ਸਕਦੇ ਆ ਆਪਾਂ ਫੋਨੀ ਫੋਨੀ ਆ ਫੋਨੀ ਜਿਵੇਂ ਫੋਨੀ ਆ ਤੇ ਗੱਡੀਆਂ ਦਾ ਵੀ ਹਾਲ ਬੁਰਾ ਹੋ ਜਾਂਦਾ ਜਿਹੜੇ ਨਾ ਬਹੁਤ ਬੁਰਾ ਹਾਲ ਜੀ ਬਹੁਤ ਜ਼ਿਆਦਾ ਬੁਰਾ ਹਾਲ ਬਹੁਤ ਬਹੁਤ ਤੁਰੇ ਦੇ ਮੋਟਰਸਾਈਕਲ ਤਲਕ ਜਾਂਦੇ ਕਈ ਵਾਰ ਤਾਂ ਜੀ ਹੂੰ ਤੁਰੇ ਜਾਂਦੇ ਮੋਟਰਸਾਈਕਲ ਤਲਕਦੇ ਆ ਹਾਂ ਬਹੁਤ ਬੁਰਾ ਹਾਲ ਆ ਜੀ ਇਸ ਤਰੀਕੇ ਦਾ ਵਾਪਰਦਾ ਹਾਂ ਤੇ ਇਹ 1 ਮਿੰਟ ਆ ਬਾਈ ਆਉਂਦੇ ਆ ਬਾਈ ਜੀ 1 ਮਿੰਟ ਆਹ ਸੜਕ ਦਾ ਜਿਹੜਾ ਹਾਲ ਹੈ ਇਹ ਦੇਖ ਕੇ ਕੀ ਕਹਿਣਾ ਚਾਹੋਗੇ ਸਰ ਬੁਰਾ ਹਾਲ ਆ ਜਿੱਥੋਂ ਤੋਂ ਆਏ ਆ ਉਹ ਕੋਈ ਜਦ ਵੱਜ ਕੇ ਗੱਡੀ ਦੀ ਅਲਾਈਨਮੈਂਟ ਉਹਨਾਂ ਦਾ ਲੱਗਦਾ ਆਊਟ ਹੋਊਗੀ ਜਾਂਦੀ ਐਲਾਈਨਮੈਂਟ ਆਊਟ ਹੋਊਗੀ ਇਹ ਕਦੋਂ ਕਦਾਂ ਐ ਤੁਸੀਂ ਦੇਣੀ ਹੈਗੀ ਇਹ ਤਾਂ ਸਰ ਘਟੋ ਘਟ ਸਾੜ ਹੀ ਹੋ ਗਿਆ ਤਾਂ ਬੁਰਾ ਹਾਲਾ ਬੁਰਾ ਹਾਲ ਚਲੋ ਗੱਡੀ ਭੰਨੀ ਜਾਂਦੀ ਹੈ ਗੱਡੀ ਬਿਲਕੁਲ ਖਤਮ ਆ ਤੁਸੀਂ ਸਮਝ ਲੋ ਨਵੀਂ ਗੱਡੀ ਲੈ ਕੇ ਮੈਨੂੰ ਲੱਗਦਾ ਤੁਸੀਂ ਆਓਗੇ ਤਾਂ ਸਮਝ ਲੋ ਪੁਰਾਣੀ ਹੋ ਜਾਊਗੀ ਪੁਰਾਣੀ ਆਏ ਹਾਲ ਹੈ ਗੱਡੀਆਂ ਵਾਲਿਆਂ ਦਾ ਰਕਸ਼ੇ ਵਾਲਿਆਂ ਦਾ ਮੋਟਰਸਾਈਕਲ ਵਾਲਿਆਂ ਦਾ ਇਹੀ ਕਹਿਣਾ ਕਿ ਇਹ ਸੜਕ ਤੇ ਤੁਸੀਂ ਆ ਜੋ ਭਾਈ ਫਿਰ ਜ਼ਿੰਮੇਵਾਰ ਤੁਸੀਂ ਆਪ ਹੀ ਆ ਸਵਾਰੀ ਆਪ ਦੇ ਸਮਾਨ ਦੀ ਜਿਹੜੀ ਆ ਆਪ ਜ਼ਿੰਮੇਵਾਰ ਆ ਗਾ ਵੀ ਬਹੁਤ ਬੁਰਾ ਹਾਲ ਆ ਕਹਿੰਦੇ ਇਹ ਲਗਭਗ ਲਗਭਗ 7-8 ਕਿਲੋਮੀਟਰ ਦਾ ਜਿਹੜਾ ਟੁੱਟਾ ਇਹ ਬਿਲਕੁਲ ਬੁਰੀ ਤਰੀਕੇ ਦੇ ਨਾਲ ਟੁੱਟਿਆ ਹੋਇਆ ਭੰਨਿਆ ਹੋਇਆ ਤਾਂ ਆਹ ਸੜਕ ਦੇ ਤੁਸੀਂ ਦੇਖ ਹੀ ਸਕਦੇ ਹੋ ਕਿ ਲੰਘਣ ਵਾਲਿਆਂ ਨੂੰ ਕੋਈ ਖੱਬੇ ਪਾਸੇ ਦੀ ਹੋ ਰਿਹਾ ਕੋਈ ਸੱਜੇ ਪਾਸੇ ਦੀ ਹੋ ਰਿਹਾ ਆ ਬੱਸ ਦਾ ਹਾਲ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਆ ਇੱਕ ਮਿੰਟ ਮੁੰਡੇ ਆਉਂਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਰੋਕਿਓ ਭਾਈ ਇਹ ਨਹੀਂ ਰੋਕਦੇ ਇਹ ਭੱਜ ਗਿਆ ਠੀਕ ਹੈ ਇਹਨਾਂ ਨੂੰ ਨਹੀਂ ਸਮੱਸਿਆ ਲੱਗਦੀ ਹੋਣੀ ਪਰ ਜਿਨ੍ਹਾਂ ਨੂੰ ਸਮੱਸਿਆ ਲੱਗਦੀ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਬਾਈ ਦਾ ਵੀ ਕਹਿਣਾ ਤਾਂ ਇਹ ਤਸਵੀਰਾਂ ਕੱਲੇ ਇੱਕ ਇੱਕ ਇਲਾਕੇ ਦੀਆਂ ਨਹੀਂ ਇਹ ਜੈਤੋ ਤੋਂ ਚੰਦਪਾਣ ਦੀਆਂ ਨਹੀਂ ਪੂਰੇ ਪੰਜਾਬ ਦੀ ਇਹ ਤਸਵੀਰ ਹੈ ਪੂਰੇ ਪੰਜਾਬ ਦੇ ਵਿੱਚ ਇਹ ਹਾਲ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਹੈ ਉਹ ਇਸੇ ਤਰੀਕੇ ਦੀਆਂ ਸੜਕਾਂ ਤੋਂ ਪੀੜਤ ਹੈ ਇਹ ਸਰਕਾਰ ਬਣੀ ਨੂੰ ਵੀ ਸਾਲ ਦੇ ਕਰੀਬ ਹੋ ਗਿਆ ਹੈ ਸਾਲ ਦੇ ਵਿੱਚ ਜਿਹੜਾ ਇੱਥੇ ਕੋਈ ਕੰਮ ਨਹੀਂ ਹੋਇਆ ਸਾਲ ਦੇ ਵਿੱਚ ਜਿਹੜਾ ਇੱਥੇ ਇੱਕ ਵੀ ਸੜਕ ਦੇ ਵਿੱਚ ਨਾ ਤਾਂ ਲੱਕ ਪਾਈ ਗਈ ਨਾ ਖੱਡੇ ਭਰੇਗੇ ਮੁੱਖ ਮੰਤਰੀ ਚੰਨੀ ਦਾ ਮਜ਼ਾਕ ਉਡਾਇਆ ਜਾਂਦਾ ਸੀ ਜਾਂ ਤਾਂ ਵਿਰੋਧੀ ਧਿਰ ਦੇ ਵਿੱਚ ਸੀ ਉਸ ਤੋਂ ਪਹਿਲਾਂ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਿ ਤੁਹਾਡੀ ਸਰਕਾਰ ਦੇ ਦੌਰਾਨ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਪੈਚਵਾਰਕ ਕੀਤਾ ਗਿਆ ਤਾਂ ਉਸ ਤੋਂ ਬਾਅਦ ਮਜ਼ਾਕ ਉਡਾਇਆ ਜਾਂਦਾ ਸੀ ਕਿ ਦੇਖੋ ਜੀ ਪੈਚਵਾਰਕ ਵਾਲੀ ਸਰਕਾਰ ਹੈ ਪਰ ਹੁਣ ਤਾਂ ਜਿਹੜੀ ਇਹ ਸਰਕਾਰ ਹੈ ਪੈਰੀ ਵਰਕ ਵੀ ਨਹੀਂ ਕਰਵਾ ਰਹੀ ਇਹ ਕਿਸੇ ਤਰੀਕੇ ਦਾ ਕੋਈ ਵੀ ਕੰਮ ਇਹਨਾਂ ਸੜਕਾਂ ਤੇ ਨਹੀਂ ਕਰਵਾ ਰਹੀ ਇਹਨਾਂ ਸੜਕਾਂ ਤੇ ਹਰ ਰੋਜ਼ ਹਾਦਸੇ ਹੁੰਦੇ ਆ ਲੋਕਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਈ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਜਈਆਂ ਸੜਕਾਂ ਕਮੈਂਟ ਜਰੂਰ ਕਰਿਓ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਸੜਕਾਂ ਨੂੰ ਵੀ ਕਵਰ ਕਰਨ ਦੀ ਤੇ ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਤੱਕ ਇਹ ਚੀਜ਼ ਪਹੁੰਚ ਜਾਵੇ ਤੇ ਸਰਕਾਰ ਇਸ ਤੇ ਕੋਈ ਨਾ ਕੋਈ ਗੌਰ ਕਰੇ ਤੇ ਇਹਨਾਂ ਸੜਕਾਂ ਨੂੰ ਬਣਾਵੇ ਤੁਸੀਂ 2 ਮਿੰਟ ਲਈ ਇੱਥੇ ਕੈਮਰਾ ਕਰਦੇ ਆ ਤਾਂ ਤੁਹਾਨੂੰ ਆਪ ਪਤਾ ਲੱਗ ਜਾਣਾ ਕਿ ਕਿਵੇਂ ਲੋਕ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਹੁੰਦੇ ਆ ਦੂਜੀ ਸਾਈਡ ਤੋਂ ਜਿਹਨੇ ਇੱਕ ਤਰ੍ਹਾਂ ਦਾ ਨਾਲ ਨਾਗਵਾਲ ਨਾਗਵਾਲ ਬਣਾ ਦਿੱਤੇ ਲੋਕਾਂ ਨੂੰ ਲੋਕ ਸਿੱਧੇ ਨਹੀਂ ਚੱਲਦੇ ਸੱਪ ਬਣਾਤਾ ਸਾਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਸੱਪਾਂ ਵਾਂਗੂ ਚੱਲਣਾ ਪੈਂਦਾ ਕਦੇ ਇੱਧਰ ਚੱਲ ਕੇ ਕਦੇ ਇੱਧਰ ਚੱਲ ਕੇ ਕਦੇ ਇੱਧਰ ਚੱਲ ਕੇ ਇਹ ਸੱਪ ਸੜਕ ਵੀ ਕਹਿ ਸਕਦੇ ਆ ਨੂੰ ਸੱਪ ਸੀੜੀ ਵੀ ਕਹਿ ਸਕਦੇ ਆ ਇਹ ਸੜਕ ਦਾ ਜਿਹੜਾ ਉਹ ਹਾਲ ਹੈ ਇੱਥੋਂ ਦੀ ਹਰ ਰੋਜ਼ ਵੱਡੀ ਗੈਂਤੀ ਦੇ ਵਿੱਚ ਬੱਸਾਂ ਵੱਡੀ ਗੈਂਤੀ ਦੇ ਵਿੱਚ ਜਿਹੜੀਆਂ ਕਾਰਾਂ ਵੱਡੀ ਗੈਂਤੀ ਦੇ ਵਿੱਚ ਜਿਹੜੇ ਮੋਟਰਸਾਈਕਲ ਕਿਉਂਕਿ ਮੇਨ ਰੋਡ ਐ ਇਹ ਮੇਨ ਰੋਡ ਐ ਜਿਹੜਾ ਜੈਤੋ ਤੋਂ ਸ਼੍ਰੀ ਅਮਰਸਰ ਸਾਹਿਬ ਤੱਕ ਜਾਂਦਾ ਜਿੱਥੇ ਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਸੜਕ ਤੇ ਤੁਹਾਨੂੰ ਗੱਡੀ ਉਹ ਆਪ ਦੀ ਸਾਈਡ ਨਹੀਂ ਦਿਖਾਈ ਦੇਊਗੀ ਅੰਕਲ ਜੀ 1 ਮਿੰਟ ਰੋਕਿਓ ਤੁਸੀਂ ਇੱਥੋਂ ਦੇ ਰਹਿਣ ਵਾਲੀਆਂ ਜੀ ਕਿੱਥੋਂ ਦੇ ਹੋ ਜੀ ਮੇਰਾ ਤਾਂ ਪਿੰਡ ਆਖ ਲਿਆ 1 ਮਿੰਟ ਗੱਲ ਤਾਂ ਸੁਣ ਲਓ ਉਹ ਮੈਨੂੰ ਘਰ ਜਰੂਰੀ ਹੈ ਮੈਂ 1 ਮਿੰਟ ਇਹ ਸੜਕ ਤੋਂ ਆਏ ਆ ਕੀ ਹਾਲ ਆ ਸੜਕ ਦਾ ਬੁਰਾ ਹਾਲ ਆ ਬੁਰਾ ਹਾਲ ਹੈ ਕਦੋਂ ਕਦਾ ਬੁਰਾ ਹਾਲ ਹੈ ਇਹਨਾਂ ਦਾ ਹੋ ਗਿਆ ਸਾਲ ਹੋ ਗਿਆ ਸਾਲਾਂ ਕੋ ਹੋ ਗਿਆ ਹਾਂ ਠੀਕ ਹੈ ਜੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਤਾਂ ਇਹਨਾਂ ਦਾ ਵੀ ਕਹਿਣਾ ਹੈ ਕਿ ਕੋਈ ਸੁਣਵਾਈ ਨਹੀਂ ਸਾਲ ਤੋਂ ਉੱਤੇ ਹੋ ਗਿਆ ਸੜਕ ਦਾ ਜਿਹੜਾ ਉਹ ਬੁਰਾ ਹਾਲ ਹੈ ਲੋਕਾਂ ਦਾ ਜਿਹੜਾ ਲੰਘਣਾ ਮੁਸ਼ਕਲ ਹੋ ਜਾਂਦਾ ਆ ਸਮਾਂ ਹੈ ਵੀਰੇ 2 ਮਿੰਟ ਰੁਕੇਗਾ ਆ ਤੁਸੀਂ ਰੋਜ਼ ਸਫ਼ਰ ਕਰਦੇ ਹੋ ਇੱਥੋਂ ਦੀ ਹਾਂ ਅਸੀਂ ਰੋਜ਼ ਕੀ ਹਾਲ ਆ ਸੜਕ ਦਾ ਸੜਕ ਬਹੁਤ ਖਰਾਬ ਹੈ ਯਾਰ ਬਹੁਤ ਖਰਾਬ ਹੈ ਬਹੁਤ ਔਖਾ ਹੈ ਯਾਰ ਇਨਾ ਕਦੇ ਲੋਕ ਤੁਹਾਨੂੰ ਦੇਖਦੇ ਹਨ ਮੈਨੂੰ ਹੋ ਗਏ ਆ ਯਹਾਂ 5 ਸਾਲ ਹੋ ਗਏ ਮੈਨੂੰ ਯਹਾਂ ਹਾਂ ਜੀ ਇਹੀ ਹਾਲ ਦੇਖਦੇ ਆ ਇਹੀ ਹਾਲ ਦੇਖਦਾ ਯਾਰ ਸਰਕਾਰ ਕੁਛ ਕਰ ਰਹੀ ਤਾਂ ਨਹੀਂ ਹੈ ਇਸ ਕਿਹਦਾ ਨਹੀਂ ਕੋਈ ਇਹ ਰਿਪੇਅਰ ਨਹੀਂ ਕਰਾਈ ਨਹੀਂ ਕੋਈ ਇਹ ਰਿਪੇਅਰ ਨਹੀਂ ਕਰਾਈ ਸیکلਦਾ ਹੀ ਬੁਰਾ ਹਾਲ ਹੋ ਜਾਂਦਾ ਉਹ ਬੁਰਾ ਹਾਲ ਯਾਰ ਬਹੁਤ ਔਖਾ 1 ਘੰਟਾ 2 ਘੰਟਾ 3 ਘੰਟਾ ਲੱਗਦਾ ਹੈ ਗੁਨੀਆਣਾ ਤੱਕ ਗੁਨੀਆਣਾ ਤੱਕ ਜੇ ਤੋ ਇਸੇ ਗੁਨੀਆਣਾ ਤੱਕ 2 ਘੰਟਾ ਲੱਗਦਾ ਹੈ ਯਾਰ ਇਨਾ ਬੁਰਾ ਹਾਲ ਹੋ ਗਿਆ ਇਤਨਾ ਬੁਰਾ ਹਾਲ ਇੱਕ ਐਕਸੀਡੈਂਟ ਦਾ ਵੀ ਡਰ ਰਹਿੰਦਾ ਹੋਊਗਾ ਉਹ ਬਹੁਤ ਡਰਾਂਦਾ ਹੈ ਹਾਂ ਬਹੁਤ ਡਰਿਆ ਯਾਰ ਬਹੁਤ ਡਰਾਂਦਾ ਹਾਂ ਜੀ ਤਾਏ ਤੁਸੀਂ ਇਹ ਆ ਕੰਮ ਕਰਦੇ ਹੋ ਕੱਪੜਿਆਂ ਦਾ ਮਸ਼ਾਲ ਸ਼ੂਲ ਵੇਚਦਾ ਹੈ ਸ਼ਾਲ ਉਹ ਹੀ ਕੋਟੇ ਹਾਂਜੀ ਤਾਂ ਸ਼ਾਲ ਸ਼ੂਲ ਵੇਚਦੇ ਆ ਇਹਨਾਂ ਦਾ ਤੁਸੀਂ ਹਰ ਇੱਕ ਬੰਦੇ ਤੋਂ ਇਹ ਤੋਂ ਮਰਜ਼ੀ ਪੁੱਛ ਲਓ ਇਹ ਹੀ ਗੱਲ ਕਹਿੰਦਾ ਕਿ ਬਹੁਤ ਬੁਰਾ ਹਾਲ ਹੈ ਬਹੁਤ ਮਾੜਾ ਹਾਲ ਹੈ ਇਹ ਸੜਕ ਦਾ ਤਾਂ ਇਹ ਸੜਕਾਂ ਪੂਰੇ ਪੰਜਾਬ ਦੀਆਂ ਦਾ ਇਸ ਤਰੀਕੇ ਦਾ ਹਾਲ ਹੈ ਜਿਹੜੀਆਂ ਜਿਹੜੀਆਂ ਪਿੰਡਾਂ ਨੂੰ ਜੋੜਨ ਵਾਲੀਆਂ ਵੱਡੇ ਪੱਧਰ ਦੇ ਉੱਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਤਾਂ ਇਹ ਤਸਵੀਰ ਦਿਖਾਉਣ ਦਾ ਮਕਸਦ ਹੈ ਕਿ ਸਰਕਾਰ ਕੀ ਪਤਾ ਜਾਗ ਜਾਵੇ ਕੀ ਪਤਾ ਪੰਜਾਬ ਦੀਆਂ ਸੜਕਾਂ ਦੀ ਸਾਰ ਉਹ ਜਿਹੜੀਆਂ ਲਈ ਜਾਵੇ